आज जी अही बनावांगे भरवीं शिमला मिर्च। देखो ओ आलू बॉयल होने रख दिते है। स्वागत है तुहाडा सारिआं दा तुहाडे अपने यूट्यूब चैनल बीर शीना व्लॉग विच। सारिआं नूं प्यार भरी सत श्री अकाल जी। होर सब किदां, सब ठीक ठाक हो? उम्मीद करदे हां तुसीं सब ठीक ठाक होवोगे। इधर जी साडी मॉर्निंग टाइम विच कॉफी होण दी है रेडी। ये है जी साडी सवेर दी शुरुआत दी पहली कॉफी। वीतर तुम की खान डे हो? लस्सी बना डे हो? बहुत बीबा बच्चा है। लस्सी बना डे? बनाओ बनाओ, शाबाश। रीत ने लस्सी बना के लस्सी पीनी है? रीत आपे अपनी लस्सी बना लेंदे है। रीत 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 तुम आपे लस्सी बना लेंदे अपने लिए? शाबाश, बहुत बीबा बच्चा है। ओ ओ ओ ओ चलो मम्मा नु एक मिठी कर दो। मम्मा ने मिठी कर दो एक। रीत मम्मा ने एक मिठी कर दो। हाँ जी मिठी कर दो आन के आ जाओ। ओ माय गॉड, सोना मेरा पुत। ओ ओ ओ ओ आज रीत सारे वाल पुत खिलर गए थोड़े। थोड़ा हेयर स्टाइल आज खराब हो गया। रीत थोड़े मम्मा कितने हैं? पापा होना तो पापा सुते ने। इधर आ जाओ, इधर आ जाओ पुत। उन्होंने परेशान परेशान ना करो, पापा सुते ना परेशान करो। उन्होंने उठ के तुम गुस्से होना जी। आ जाओ रीता, आ जाओ। पापा परेशान ना करो, इधर आओ, इधर आओ मेरा पुत, इधर आओ। पर मम्मा कितने है? इधर मम्मा कितने है? ਕਿੱਥੇ ਤੁਹਾਡੇ ਮੰਮਾ? ਕਿੱਥੇ ਆ? ਹਾਈ ਆਣ ਕੇ ਦੱਸੋ ਤੇ ਸਹੀ, ਕਿੱਥੇ ਮੰਮੀ? ਕਿੱਥੇ ਤੁਹਾਡੇ? ਹਾਈ ਇਹ ਤੁਹਾਡੀ ਮੰਮੀ? ਹਾਂ ਨਹੀਂ, ਮੈਂ ਆਣ ਤੁਹਾਡੀ ਮੰਮੀ। ਚਲੋ ਤੁਸੀਂ ਆਪਣੀ ਮੰਮੀ ਕੋਲ। ਕਿੱਥੇ ਤੁਹਾਡੀ ਮੰਮੀ? ਕਿੱਥੇ ਨੇ? ਹਾਈ ਹਾਈ ਕਿੱਥੇ ਨੇ? ਕਿੱਥੇ ਆ? ਰੀਤ ਚਲੋ, ਮੇਰਾ ਸਿਰ ਦਰਦ ਕਰਨ ਡਿਆ, ਸਿਰ ਘੁੱਟ ਦੋ। मेरा पोत मैंने किन्ना प्यार कर, मेरा बीबा पोत, बहुत बीबा पोत है, बहुत ज्यादा। चलो सिर घुट दो फिर। कितने वाल? हाथ पीछे कर रहे पापा जा। चलो आ जाओ इधर। चलो सिर घुट दो फिर। वाल चलो वाल रह दो तू। ओ माय गॉड, इतना प्यार, बहुत ज्यादा प्यार करता मेरा पोत। ओ हो हो ओ ओ बल्ले बल्ले, इतना प्यार मेरा बच्चा बीबा। तू ये सारे वाल खिंची जाते हो फिर? चलो आ जाओ मेरा सोना पोत। मम्मा ने मिठी कर दो एक। मम्मा ने एक मिठी कर दो। सिर तो तुम घुट के दिता ने मम्मा का? नहीं ना सिर घुटिया? चलो घुट दो। वाल छड़े तुम मेरी अख कट देनी है। ਇੱਧਰ ਰੀਤ ਪੁੱਤ ਖਾਣ ਡੇ ਨਮਕੀਨ। ਸ਼ਾਮ ਦੇ ਵੱਜ ਚੁੱਕੇ ਆ 5।
ਤੇ ਜਗਬੀਰ ਜੀ ਹੁਣੀ ਡਏ ਨੇ ਕੌਫੀ ਬਣਾਉਣ। ਜਗਬੀਰ ਜੀ ਬਣਾਉਣ ਡਏ ਅੱਜ ਕੌਫੀ। ਕੌਫੀ ਵੀ ਸਾਡੀ ਆ ਗਈ ਆ ਬਣ ਕੇ। ਉਹ ਨਹੀਂ ਪੀਵਾਂਗੇ ਕੌਫੀ। ਤਰੀਤ ਹੁਣੀ ਖਾਂਦੇ ਪਏ ਆ ਨਮਕੀਨ। ਇਹ ਤੁਸੀਂ ਵੀ ਕੌਫੀ ਪੀਓਗੇ? ਚਲੋ ਬੈਠ ਜਾਓ ਫਿਰ। ਕਿਤੇ ਪਾਪਾ ਕਹਿੰਦੇ ਮੈਨੂੰ ਵੀ ਨਮਕੀਨ ਦਿਓ। ਕਹਿੰਦੇ ਮੇਰਾ ਪੁੱਤ ਮੈਨੂੰ ਨਮਕੀਨ ਇਹ ਦਈਏ। ਕਹਿੰਦੇ ਆ ਇੱਥੋਂ ਲੈ ਲਓ। ਉਹ ਵੇਖੋ ਆਪਣੇ ਆਪਣੇ ਟੋਲੀ ਚੋਂ ਕਹਿੰਦੇ ਨਹੀਂ ਦੇਣੀ। ਹਾਏ ਮੈਂ ਮੋਚਾ ਵੇਖੋ ਕਿੰਨਾ ਪਿਆਰ ਵੇਖੋ। ਰੀਤ ਪੁੱਤ ਦਾ ਅੱਜ ਸਵੇਰੇ ਜਿਹੜਾ ਹੇਅਰ ਸਟਾਈਲ ਬਣਾਇਆ ਸੀ ਉਹ ਸਾਰਾ ਖਰਾਬ ਹੋ ਗਿਆ। ਸਾਰੇ ਵਾਲ ਜਿਹੜੇ ਆ ਉਹ ਖਿਲਰ ਗਏ ਆ। ਹੁਣ ਦੁਬਾਰਾ ਉਹਦਾ ਜਿਹੜਾ ਸਿਰ ਆ ਉਹ ਵਾਹਿਆ ਜਾਏਗਾ। ਰੀਤ ਹੁਣ ਪੀਣ ਡੇ ਫੀਡਰ ਵਿੱਚ ਪਾ ਕੇ ਕੌਫੀ। ਅਤੇ ਫਿਰ ਦਾਦੀ ਮੰਮਾ ਕੋਲ ਜਾਣ ਦੀ ਤਿਆਰੀ ਵਿੱਚ ਨੇ। ਹੇਅਰ ਸਟਾਈਲ ਦੁਬਾਰਾ ਜਿਹੜਾ ਉਹ ਬਣਵਾ ਲਿਆ। ਚਲੋ ਪੀ ਲਓ ਵੱਲ ਫੜੋ। ਹੈਲੋ ਬਸ ਨਹੀਂ ਪੀਣਾ ਹੋਰ? ਰੀਤ ਹੋਰ ਕੌਫੀ ਨਹੀਂ ਪੀਣੀ? ਬਸ ਕੌਫੀ ਵਿੱਚ ਉਹਨੂੰ ਉਹ ਦੁੱਧ ਮਿਕਸ ਕਰਕੇ ਦਿੱਤਾ। ਬੈਡ ਓਹੋ ਉਹ ਮੇਰਾ ਮਿੱਠੂ ਮੇਰਾ ਸੋਹਣਾ ਪੁੱਤ। ਹੁਣ ਤੁਸੀਂ ਕਿੱਥੇ ਚੱਲੇ ਹੋ? ਲਿਆਓ ਹੂਕ ਮਾਰਦਾ ਰੀਤ। ਲਿਆਓ ਹੂਕ ਮਾਰ ਦੀਏ। ਲਿਆਓ ਇੱਥੇ ਰੱਖੋ ਨਾ, ਇੱਥੇ ਰੱਖੋ ਮੇਰੇ ਪੁੱਤ ਦੇ। ਬੈਡ ਵੱਜ ਗਿਆ। ਓ ਹੋ ਹੋ ਚਲੋ ਵਾਹਿਗੁਰੂ ਸਤਨਾਮ। ਕਿੱਥੇ ਚੱਲੇ ਹੋ ਹੁਣ ਤੁਸੀਂ? ਕਿੱਥੇ ਚੱਲੇ ਹੋ? ਪਹਿਲਾਂ ਸਾਰਿਆਂ ਨੂੰ ਵੀ ਤਾਂ ਇੱਧਰ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰੋ। ਸਤਿ ਸ਼੍ਰੀ ਅਕਾਲ। ਹੈਲੋ ਕਰੋ ਸਾਰਿਆਂ ਨੂੰ ਪਹਿਲੋਂ। ਹੈਲੋ ਕਰ ਦਿਓ। ਇੱਧਰ ਇੱਧਰ ਚਲੋ ਆਓ ਫਿਰ ਚੱਲੀਏ। ਆਓ ਛੱਡ ਕੇ ਆਵਾਂ ਤੁਹਾਨੂੰ ਦਾਦੀ ਮੰਮਾ ਕੋ। ਆ ਜਾਓ ਹੁਣ। ਤੁਸੀਂ ਕਿੱਥੇ ਚੱਲੇ ਹੋ? ਕਿੱਥੇ ਚੱਲੇ ਹੁਣ ਤੁਸੀਂ? ਨਹੀਂ ਤੁਸੀਂ ਕਿੱਥੇ ਚੱਲੇ ਹੋ? ਕਿੱਥੇ ਚੱਲੇ ਤੁਸੀਂ? ਕਿੱਥੇ ਚੱਲੇ ਹੋ? ਚੱਪਲ ਪਾਓ। ਸ਼ਾਬਾਸ਼। ਇੱਧਰੋਂ ਦੀ ਆਓ, ਇੱਧਰੋਂ ਦੀ। ਚਲੋ ਕਿੱਥੇ ਚੱਲੇ ਤੁਸੀਂ? ਦਾਦੀ ਮੰਮਾ ਕੋ ਚੱਲੇ ਹੋ? ਚਲੋ ਜਾਓ ਜਾਓ। ਚਲੋ ਧਿਆਨ ਨਾਲ ਡਿੱਗਣਾ। ਰੀਤ ਤੁਸੀਂ ਡਿੱਗ ਜਾਣਾ ਜੀ। ਬਾਏ ਰੀਤ। ਬਾਏ। ਅੱਜ ਜੀ ਅਸੀਂ ਬਣਾਵਾਂਗੇ ਭਰਵੀਂ ਸ਼ਿਮਲਾ ਮਿਰਚ। ਅਜੇ ਕੋ ਉਹਦੇ ਲਈ ਆਲੂ ਬੋਇਲ ਹੋਣ ਲਈ ਰੱਖ ਦਿੱਤੇ ਆ। ਇੱਧਰ ਸ਼ਿਮਲਾ ਮਿਰਚਾਂ ਵਾਸ਼ ਕਰਕੇ ਰੱਖ ਦਿੱਤੀਆਂ ਹੋਈਆਂ। ਇੱਧਰ ਪਿਆਜ਼, ਅਦਰਕ, ਹਰੀਆਂ ਮਿਰਚਾਂ। ਜਿਹੜਾ ਸ਼ਿਮਲਾ ਮਿਰਚ ਦੀ ਸਟਫਿੰਗ ਕਰਨੀ ਹੈ। ਆਲੂਆਂ ਨੂੰ ਅਸੀਂ ਲਗਾਵਾਂਗੇ ਪਹਿਲਾਂ ਤੜਕਾ। ਉਹਦੇ ਲਈ ਆ ਮਟੀਰੀਅਲ ਜਿਹੜਾ ਰੈਡੀ ਕਰਕੇ ਰੱਖ ਦਿੱਤਾ ਹੋਇਆ। ਇੱਦਾਂ ਸਾਡਾ ਤੇਲ ਗਰਮ ਹੋ ਚੁੱਕਾ। ਹੁਣ ਇਹਦੇ ਵਿੱਚ ਜਿਹੜਾ ਮਸਾਲਾ ਪਿਆਜ਼, ਅਦਰਕ, ਹਰੀਆਂ ਮਿਰਚਾਂ ਤਿਆਰ ਕਰਕੇ ਰੱਖਿਆ ਹੋਇਆ ਪਾ ਦੇਵਾਂਗੇ। ਇੱਧਰ ਅਸੀਂ ਸ਼ਿਮਲਾ ਮਿਰਚ ਜਿਹੜੀਆਂ ਨੇ ਉਹਨਾਂ ਦੀਆਂ ਉੱਪਰ ਵਾਲੀਆਂ ਕੈਪ ਜਿਹੜੀਆਂ ਨੇ ਲਾ ਕੇ ਡੰਡੀਆਂ। ਅਤੇ ਇਹਦੇ ਵਿੱਚੋਂ ਜਿਹੜੇ ਬੀਜ ਸੀ ਉਹ ਇਹਨਾਂ ਵਿੱਚੋਂ ਕੱਢ ਲਏ ਨੇ। ਆ ਦੇਖੋ
इधर आलू भी मैश करके रख ले ने। ये अं थोड़ा जहा जीरा जड़ा वा साबत जीरा पावे। उस तो बाद नमक, ये हम हल्दी पा देंगे, गरम मसाला जी पाया साबत जीरा हल्दी नमक थोड़ा जहा गरम मसाला। तड़का साडा हो चुका गोल्डन ब्राउन, हूँ अं ये आलू जड़े ने ऐड कर देंगे। ये हो चुका जी शिमला मिर्च की स्टफिंग ली, मटीरियल रेडी। इधर साडा पैन जड़ा तेल जड़ा वो गर्म हो चुका है। इधर अं शिमला मिर्च की स्टफिंग करके रख ली है, हूँ अं ये डिप कर देंगे। ये पैन जड़ा सर्ब लोहा बनया हुआ है, इस करके ब्लैक दिखाई दिंदा है। इधर एक साइड दुध भी गर्म हो गया, हम ढक दें। इधर साड़िया शिमला मिर्च फ्राई हो शिमला मिर्च मिर्च की साइड चेंज कर दिती है। थोड़ी देर तक साड़िया शिमला मिर्च जड़िया फ्राई हो के रेडी हो जाएगियाँ। इन मैं बार बार साइड जी चेंज कर ताकि चंगी तरह फ्राई हो जाए। साड़ी भरवीं शिमला मिर्च बन के तैयार हो चुकी है, तुम देख सकते हो कितनी वधिया बनी है। तो ही इदा बना के जरूर ट्राई करियो, बहुत टेस्ट बनती है इस तरह स्टफिंग करके बनाने नाल। इधर मैं रोटियां बनानी शुरू कर दीतियां ने, रोटियां साड़ियां चुकियां ने बन, हुण अहीं करांगे डिनर। डिनर करन तो बाद विच बर्तन वर्तन साफ करन तो बाद विच किचन भी नीट एंड क्लीन कर दिती है। प्रीत, प्रीत नूं नींद आ गई, हुण प्रीत सौ चली है, नींद आ गई रीत पुत नूं। ये सी जी अज का साडा व्लॉग, अज के व्लॉग बस इन्ना ही, मिलेंगे थानू एक नवे व्लॉग में। जिन्ना जिन्ना ने हाले तक साडे चैनल सबसक्राइब नहीं किया प्लीज़ साडे चैनल सबसक्राइब करो, शेयर करो। जेकर थानू साडा व्लॉग वधिया लगदा तां लाइक जरूर करिया करो, तुहाडे एक लाइक करन नाल अगले इंसान का मनोबल वधदा है, वो तुहाडे लई वधिया वधिया होर व्लॉग ल्याउण दी कोशिश करदा है। खुश रहो, जींदे वास्ते रहो। ओके जी।